हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते जी। अज दी वीडियो विच आपां पंज बस्सियां लै के आए जी, पंजी एक दूजी तो वध के आ। आओ पौदे वीर तो कली कली डिटेल। आज वीर जी सत श्रीकाल। सत श्रीकाल जी। वीर नाम तो एड्रैस बोल दो। नाम भाई मेरा धर्मेंद्र सिंह जी, पिंड अपना संधू कलां जिला बरनाला तहसील तपा जी। मोबाइल नंबर बोल दे धर्मेंद्र। 6802 जी 1844 जी। 6802 1844 वीर का कॉन्टैक्ट नंबर है। बाकी स्क्रीन उपर आ रहा, नोट कर लो। वीरे धर्मेंद्र जी आप सब तो पहले नंबर से बच्ची देखते हैं, किन्नी उम्र है जी? ਬਾਈ ਬੱਚੀਆਂ ਇਹ ਜਿਹੜੀਆਂ ਤਿੰਨੇ ਇੱਕ ਲੈਣ ਬਾਹਰ ਖੜੀਆਂ ਹੈਗੀਆਂ, ਸਾਲ ਸਾਲ ਦੇ ਕਰੀਬ ਹੈਗੀਆਂ ਬੱਚੀਆਂ ਇਹ। ਠੀਕ ਹੈ ਜੀ। ਮੰਨ ਲਓ 5-10 ਦਿਨ ਇੱਧਰ ਉੱਧਰ ਹੋ ਸਕਦੀਆਂ ਸਾਲ ਤੋਂ। ਠੀਕ ਹੈ ਵੀਰੇ। ਇਹ ਵੀਰੇ CRI ਗਲੈਕਸੀ ਦੀ ਬੱਚੀ ਹੈ ਜੀ। ਗਲੈਕਸੀ ਦੀ ਹੈ। ਹਾਂਜੀ। ਠੀਕ ਹੈ ਵੀਰੇ। ਤੇ ਬੱਚੀ ਵੀਰੇ ਫੇਸ ਕੁਆਲਿਟੀ ਦੇਖੋ। ਹਾਂ ਬੱਚੀ ਦਾ ਵੀਰੇ 38 ਕਿਲੋ ਦਾ ਮਦਰ ਰਿਕਾਰਡ ਆ ਜੀ। ਠੀਕ ਹੈ। 38 ਲੀਟਰ ਦੁੱਧ ਇਹਦੀ ਮਾਂ ਨੇ ਪਾਇਆ ਵਾ, ਫੇਸ ਕੁਆਲਿਟੀ ਬੜੀ। ਬੱਚੀਆਂ ਮੰਨ ਲਓ ਭੱਜ ਨੱਠ ਕਰਨੀ, ਆਪਣਾ ਫਾਰਮ ਖਰੀਦਿਆ ਸੀ ਪੂਰਾ ਹੀ। ਠੀਕ ਹੈ ਵੀਰੇ। ਤੇ ਉਹਦੇ ਚੋਂ ਜਿਵੇਂ ਜਿਵੇਂ ਮਾਲ ਆਪਣਾ ਸੇਲ ਹੋਈ ਆਪਾਂ ਲਈ ਆਏ ਆ। ਠੀਕ ਠੀਕ ਵੀਰੇ। ਰੈਂਟ ਵਗੈਰਾ ਬਹੁਤ ਚੰਗਾ, ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ, ਪਿੱਠ ਪੁੜੇ ਦੀ ਚੰਗੀ ਆ, ਤੂਰ ਤੂਰ ਵਗੈਰਾ ਬਹੁਤ ਚੰਗੀ ਆ, ਫੇਸ ਕੁਆਲਿਟੀ ਮੱਛੀ ਦਾ ਵੀਰੇ ਸਟਰਕਚਰ ਆ ਜਿਹੜਾ ਖੜਨ ਦਾ ਬਹੁਤ ਜ਼ਿਆਦਾ ਸੋਹਣਾ VCS ਪੂਰੀ ਟਾਪ ਦੀ ਕੁਆਲਿਟੀ ਦੇਖੋ ਵੀਰੇ ਬੱਚੀ ਦੀ, ਫੇਸ ਕੁਆਲਿਟੀ ਬਹੁਤ ਲੰਮੀ ਆ ਹਨਾ ਦਰਵਿੰਦਰ ਇਹਦੀ, ਚੰਗੀ ਆ ਵੈਰਾਈਟੀ ਇਹ, ਤੇ ਥੱਲੋਂ ਸਾਫ਼ ਆ ਵੀਰੇ। ਥੱਲੋਂ ਬਾਈ ਚਾਰੇ ਸਾਰੀਆਂ ਬੱਚੀਆਂ ਆਪਣੀਆਂ ਸਾਫ਼ ਹੋਣੀਆਂ। ਠੀਕ ਠੀਕ। ਥਣ ਚਾਰ ਚਾਰ ਨਿਖੜਵੇਂ, ਹੋਰ ਸ਼ਾਂਕ ਭੋਰਾ ਵੀ ਨਹੀਂ ਹੋਣੀ। ਠੀਕ ਹੈ। ਤੇ ਕੀ ਰੇਟ ਰਹੂਗਾ ਇਹਦਾ? ਰੇਟ ਬਾਈ ਜੇ ਤਾਂ ਸਿੰਗਲ ਪੀਸ ਲੈ ਕੇ ਆਣਾ ਤਾਂ 28000 ਰੁਪਿਆ ਜੀ। 28000 ਰੁਪਿਆ। ਠੀਕ ਆ। ਬਾਕੀ ਮਾਨਤਾਨ ਹੋ ਜੂ? ਮਾਨਤਾਨ ਹੋ ਜੂਗਾ ਜੀ ਮੌਕੇ ਤੇ। ਆ ਦੇ ਸਾ ਝੂਲੀ ਝੂਲੀ ਬਹੁਤ ਚੰਗੀ ਆ, ਬੜੀ ਜਿਆਦਾ ਚੰਗੀ ਬੱਚੀ ਹੈਗੀ ਬਈ ਇਹਦੀ। ਹਾਂ ਸਟਰਕਚਰ ਆ ਜਿਹੜਾ ਬੱਚੀ ਦਾ ਉਹ ਬਹੁਤ ਜਿਆਦਾ ਸੋਹਣਾ ਹੈਗਾ। 28000 ਤੋਂ ਮਾਨਤਾਨ ਜ਼ਰੂਰ ਹੋ ਜੂਗਾ। ਸ਼ਾਂਟਮਾ ਪੇਟ ਹੈਗਾ, ਕੋਈ ਢਿੱਡ ਨਹੀਂ ਛੱਡਿਆ ਬੱਚੀ ਦਾ। ਠੀਕ ਹੈ ਵੀਰੇ। ਸਟਰਕਚਰ ਬਹੁਤ ਜਿਆਦਾ ਸੋਹਣਾ, ਉੱਪਰ ਤੋਂ ਦੇਖੋ ਬਿਲਕੁਲ, ਤੇ ਥੱਲੋਂ ਪਿੱਛੋਂ ਖੜਨੀ ਹੈ ਜਿਹੜੀ ਬੱਚੀ ਵੀਰੇ ਉਹ ਦੇਖੋ। ਆ ਦੇ ਸਾਰੇ ਖੜਨੀ ਖੁੜਨੀ ਪੂਰੀ ਟਾਪ ਦੀ ਹੈ, ਪਿੱਠ ਬੜਾ ਬਹੁਤ ਚੰਗਾ ਹੈਗਾ। ਅੱਗੇ ਧਰਮਿੰਦਰ 2 ਨੰਬਰ ਤੇ ਵੀਰੇ, ਇਹਦੀ ਵੀ ਸਾਲਕ ਦੀ ਉਮਰ ਹੈ? ਇਹਦੀ ਵੀਰੇ ਸਾਲਕ ਦੇ ਕਰੀਬ ਉਮਰ ਹੈਗੀ। ਠੀਕ ਹੈ। ਕਿਹੜੇ ਸੀਮਨ ਦੀ ਹੈ ਪਤਾ? ਡੈਨਮਾਰਕ ਵੀਰੇ 50-55 ਦੇ ਸੀਮਨ ਦੀ ਹੈਗੀ ਬੱਚੀ। 50-55। ਹਾਂਜੀ। ਠੀਕ ਹੈ ਵੀਰੇ। ਤੇ ਕਿੰਨਾ ਕੁ ਦੁੱਧ ਪਾਇਆ ਦੀ ਮਾਂ? 36 ਕਿਲੋ ਦੀ ਵੀਰੇ ਮਦਰ ਰਿਕਾਰਡ ਹੈਗਾ ਜੀ ਬੱਚੀ ਦਾ। ਬਾਹਰ ਕੱਢ ਲੈ, ਤੋੜ ਕੇ ਦਿਖਾ ਦਈਏ। 36 ਲੀਟਰ ਦੁੱਧ ਇਹਦੀ ਮਾਂ ਨੇ ਪਾਇਆ ਵਾ ਜੀ, ਫੇਸ ਕੁਆਲਿਟੀ ਬਹੁਤ ਚੰਗੀ ਹੈ, ਕੱਦ ਕਾਠ ਵੀ ਉਮਰ ਦੇ ਹਿਸਾਬ ਨਾਲ ਇਹਦਾ ਵੀ ਠੀਕ ਹੈ ਜੀ। ਮੰਨ ਲਓ ਫਾਰਮ ਚੁਆਇਆ ਕਰਕੇ ਨਾ, ਫੇਸ ਕੁਆਲਿਟੀ ਬਹੁਤ ਚੰਗੀ ਆ, ਪਿੱਠ ਪੁੜੇ ਦੀ ਬਹੁਤ ਚੰਗੀ ਆ, ਥੋੜਾ ਖੁੱਲੀਆਂ ਆਈਆਂ ਕਰਕੇ ਉਹ ਕਰਦੀਆਂ ਨੇ, ਭੱਜ ਨੱਠ ਕਰਦੀਆਂ ਨੇ। ਮੋੜ ਲਿਆ ਵੀਰੇ ਤੂੰ। ਆ ਦੇ ਸਾਨੂੰ ਫੇਸ ਕੁਆਲਿਟੀ ਬਹੁਤ ਚੰਗੀ ਆ, ਕੰਨ ਕੁੰਨ ਛੋਟਾ ਲੱਗਿਆ, ਬਰੀਡ ਵਗੈਰਾ ਚੰਗੀ ਆ, ਬੋਦੀ ਬੋਦੀ ਬਹੁਤ ਚੰਗੀ ਆ, ਤੇ ਥੱਲੋਂ ਥਣਾ ਥੁਣਾ ਦੀ ਬਿਲਕੁਲ ਸਾਫ਼ ਆ। ਥਣ ਵੀਰੇ ਚਾਰੇ ਨਿਖੜਵੇਂ ਗੈਪ ਤੇ। ਠੀਕ ਆ। ਹਾਂਜੀ। ਕੋਈ ਫੋੜ ਛਾਂਗ ਨਹੀਂ ਹੈਗੀ ਹਾਂਜੀ ਹਾਂਜੀ ਸਾਨੂੰ, ਤੇ ਚਾਰੇ ਥਣ ਨਿਖੜਵੇਂ ਪੂਰੇ ਗੈਪ ਤੇ, ਪ੍ਰਿੰਟ ਵਗੈਰਾ ਵੀ ਬਹੁਤ ਚੰਗਾ। ਇਹਦਾ ਰੇਟ ਕੀ ਆ ਤੁਹਾਨੂੰ? ਇਹਦਾ ਵੀਰੇ 25000 ਰੁਪਏ ਜੀ। 25000 ਰੁਪਏ ਮਾਨਤਾਨ? ਮਾਨਤਾਨ ਹੋਊਗਾ ਜੀ ਜ਼ਰੂਰ ਮੌਕੇ ਤੇ। ਠੀਕ ਠੀਕ ਵੀਰੇ। ਅੱਗੇ ਵੀਰੇ 3 ਨੰਬਰ ਦੇ, ਇਹ ਕਿਹੜੇ ਸੀਮਨ ਦੀ ਆ ਧਰਮਿੰਦਰ? ਇਹ ਵੀਰੇ PDF ਦੇ ਮਿਲਸ ਸੀਮਨ ਦੀ ਬੱਚੀ ਹੈ ਜੀ। ਠੀਕ ਹੈ ਵੀਰੇ। ਹਾਂਜੀ। ਤੇ ਇਹਦੀ ਵੀ ਬੱਚੀ ਦਾ ਜਿਹੜਾ ਸਟਰਕਚਰ, ਹਾਂਜੀ ਬੱਚੀ ਦੀ ਸਾਲ ਦੀ ਉਮਰ ਆ, ਸਟਰਕਚਰ ਦੇਖੋ ਬੱਚੀ ਦਾ, ਪਿੱਠ ਪੁੜੇ ਦੀ ਚੜਾਈ ਬਹੁਤ ਜ਼ਿਆਦਾ ਹੈਗੀ ਬੱਚੀ ਦੀ, ਥੱਲੋਂ ਝੋਲੀ ਝੋਲੀ ਦੇਖੋ, ਥਣ ਥਣ ਚਾਰੇ ਗੈਪ ਤੇ, ਥਣ ਨਿਕੜਵੇਂ ਪੂਰੇ ਗੈਪ ਤੇ, ਬਹੁਤ ਸੋਹਣੀ ਝੋਲੀ ਬਣਾਉਣੀ ਆ ਇਹਨੇ, ਤੇ ਕੱਦ ਕਾਠ ਵੀ ਉਮਰ ਦੇ ਹਿਸਾਬ ਨਾਲ ਠੀਕ ਆ, ਫੇਸ ਕੁਆਲਿਟੀ ਬਹੁਤ ਚੰਗੀ ਆ, ਤੇ ਚੰਗੇ ਸੀਮਨ ਦੀ ਆ ਜੀ। ਵੀਡੀਓ ਵੇਖ ਕੁਆਲਿਟੀ ਬੱਚੀ ਦੀ, ਬੋਦੀ ਬੁੱਦੀ ਦੇਖੋ। ਹਾਂ ਦੇ ਸਾਰੇ ਫੇਸ ਕੁਆਲਿਟੀ, ਕੰਨ ਕੁੰਨ ਛੋਟਾ, ਬਰੀਡ ਚੰਗੀ, ਪ੍ਰਿੰਟ ਵਗੈਰਾ ਟਾਪ ਦਾ। ਫਾਰਮ ਚੋਂ ਖੁੱਲੀਆਂ ਆਈਆਂ ਕਰਕੇ ਨਾ ਥੋੜੀ ਮਸਤੀ ਜ਼ਰੂਰ ਕਰਦੀਆਂ ਬੱਚੀਆਂ। ਹਾਂਜੀ ਥੋੜੀ ਮਸਤੀ ਕਰਦੀਆਂ। ਤੇ ਆ ਦੇ ਸਾਰੇ ਪਿੱਠ ਪੁੜਾ ਬਹੁਤ ਚੰਗਾ, ਤੇ ਬੇਲ ਬੂਲ ਬਹੁਤ ਲੰਮੀ ਆ ਹਨਾ ਦਰਵਿੰਦਰ? ਕਿੰਨਾ ਕੁ ਦੁੱਧ ਦੱਸਿਆ ਦੀ ਮਾਂ ਦਾ? ਇਹਦੀ ਮਾਂ ਦਾ ਵੀਰੇ ਹੈਗਾ 37-38 ਕਿਲੋ ਦਾ ਰਿਕਾਰਡ ਜੀ। 37-38 ਆਪਣੇ ਕੋਲੇ ਵੀਰੇ ਟੋਟਲ ਰਿਕਾਰਡ ਆ ਬੱਚੀਆਂ ਦਾ ਸਾਰਿਆਂ ਦਾ। ਠੀਕ ਹੈ ਵੀਰੇ। ਕਿਹੜੇ ਸੀਮਨ ਦੀ, ਕਿੰਨੇ ਨੰਬਰ ਇਹਦੀ ਮਾਤਾ ਸੀਗੀ, ਕਿੰਨਾ ਦੁੱਧ ਪਾਇਆ ਗਿਆ ਇਹਦੀ ਮਾਂ ਦਾ? ਠੀਕ ਹੈ ਵੀਰੇ। ਹਾਂਜੀ ਸਾਰਾ ਰਿਕਾਰਡ ਹੈਗਾ, ਫੁੱਲ ਰਿਕਾਰਡ ਆ ਬਾਈ ਬੱਚੀਆਂ ਦਾ। ਠੀਕ ਹੈ ਵੀਰੇ। ਤੇ ਇਹਦਾ ਕੀ ਰੇਟ ਰਹੂਗਾ ਜੀ? ਇਹਦਾ ਵੀਰੇ 26000 ਰੁਪਏ ਜੀ। 26000 ਰੁਪਏ ਮਾਨਤਾਨ ਕਰੋ? ਮਾਨਤਾਨ ਹੋ ਜਾਊਗਾ ਜੀ। ਅੱਗੇ ਵੀਰੇ ਤਿੰਨ, ਜੇ ਕੋਈ ਤਿੰਨੇ ਵੀਰੇ ਇਕੱਠੀਆਂ ਲੈ ਜਾਊਗਾ ਆਪਾਂ 72000 ਦੀਆਂ ਫਿਕਸ ਜਾਂ ਰੇਟ ਆ, ਮਤਲਬ ਮਾਨਤਾਨ ਜਾਇਜ਼ ਜਾ ਹੋ ਜਾਊਗਾ। ਤਿੰਨਾਂ ਦਾ 72000? ਤਿੰਨਾਂ ਦਾ 72000 ਰੁਪਏ ਜੀ। ਠੀਕ ਆ। ਫੇਰ ਵੀ ਮਾੜਾ ਮੋਟਾ ਛੋਟ ਛਾਪ ਕਰ ਦਾਂਗੇ। ਹਾਂਜੀ ਗਜਾਇਜ਼ ਮੌਕੇ ਤੇ ਫੇਰ ਵੀ ਕਰ ਦਾਂਗੇ। ਠੀਕ 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 ਠੀਕ। ਅੱਗੇ ਧਰਮਿੰਦਰ 4 ਨੰਬਰ ਤੇ ਨਗੀਨਾ ਵੀਰੇ, ਤੇ ਕਿੰਨੀ ਉਮਰ ਹੈ ਜੀ? ਇਹ ਵੀਰੇ 2 ਦੰਦ ਚੱਕਦੀ ਆ ਬੱਚੀ। ਅਜੇ 2 ਦੰਦ ਚੱਕਦੀ ਆ। ਹਾਂਜੀ ਠੀਕ ਆ। ਕੱਦ ਕਾਠ ਹੀ ਬਹੁਤ ਉੱਚਾ ਲੰਮਾ ਹਨ। ਇਹਦੇ 26 ਦਿਨ ਹੋ ਗਏ ਵੀਰੇ ਸੀਮਨ ਲੱਗੇ ਨੂੰ। 26 ਦਿਨ ਹੋ ਗਏ। ਕਿਹੜਾ ਵਾਰਡ ਵਾਈਡ ਦੇ ਵੀਰੇ? ਲਬਰੌਨ ਸੀਮਨ ਦੀ ਬੱਚੀ ਹੈਗੀ। ਠੀਕ ਹੈ ਜੀ। ਹਾਂਜੀ। ਤੇ ਅੱਗੇ ਕਿਹੜਾ ਲਵਾਤਾ ਇਹਦੇ ਜੀ? ਅੱਗੇ ਵੀਰੇ AVS ਦਾ ਸੀਮਨ ਲੱਗਿਆਗਾ, ਆਪਣੇ ਕੋਲ ਸਟਰਾ ਵੀ ਹੈਗਾ ਸਾਰਾ। ਠੀਕ ਆ। ਹਾਂਜੀ ਠੀਕ ਠੀਕ ਠੀਕ। ਕੱਦ ਕਾਠ ਹੀ ਬਹੁਤ ਉੱਚਾ ਲੰਮਾ, ਪ੍ਰਿੰਟ ਵਗੈਰਾ ਵੀ ਚੰਗਾ ਜੀ। ਮੰਨ ਲਓ ਤੁਹਾਨੂੰ ਪਤਾ ਫਾਰਮ ਦੀ ਬੱਚੀ ਖੁੱਲੀ ਆਈ ਕਰਕੇ। ਹਾਂ ਪਿੱਠ ਪੁੜੇ ਹਾਈਟ ਲੈਂਥ ਦੇਖੋ ਬੱਚੀ ਦੀ, ਥੱਲੋਂ ਬਹੁਤ ਚੰਗੀ ਆ, ਤੇ ਹਾਈਟ ਲੈਂਥ ਤਾਂ ਬਾ ਕਮਾਲ ਦੀ ਆ ਜੀ, ਉਹਦੇ ਚ ਤਾਂ ਕੋਈ ਸ਼ੱਕ ਹੀ ਨਹੀਂਗਾ। ਆ ਦੇ 4 ਰੁਪਏ ਨਿਖੜਵੇਂ ਗੈਪ ਤੇ, ਹੋਰ ਸ਼ਾਂਕ ਭੋਰਾ ਵੀ ਹੈ ਨਹੀਂ ਬੱਚੀ ਦੇ, ਚਾਰੇ ਥਣ ਨਿਖੜਵੇਂ, ਪਿੱਠ ਪੁੜਾ ਚੈੱਕ ਕਰੋ, ਪ੍ਰਿੰਟ ਵਗੈਰਾ ਚੈੱਕ ਕਰੋ। ਧਰਮਿੰਦਰ ਉਹਰੇ ਨੂੰ ਲਿਆ ਇੱਕ ਵਾਰੀ ਬਾਈ, ਇਹਨੂੰ ਹੋਰ ਤੋੜ ਕੇ ਦਿਖਾਈਏ, ਖੁੱਲੀ ਜੀ ਥੋੜੀ ਜੀ, ਥੋੜੇ ਫਾਰਮ 'ਚ ਖੁੱਲੀਆਂ ਆਈਆਂ ਕਰਕੇ ਜਾਗਦੀ ਆ।
फेस बहुत सोहना जी, बोधी बोधी कन कुन चंगा, धौन धौन लंबी आ ते ताहा तो पद्धर आ बच्ची ऐ नहीं हैगा बिटू ही बच्ची दी। अरे हाइट लाइन तो बहुत ज्यादा सोहनी हैगी बच्ची दी, आ देख सारे काटनी फुटनी पूरी टॉप दी आ देख सारे। मद रिकॉर्ड वीरे 42 किलो जी बच्ची दा, 42 लीटर पाया। हां जी ठीक है वीरे, ते बहुत चंगे सीमन दी हैना धर्मेंद्र वीरे, वर्ल्ड वाइड दे सीमन दी लब्राउन दी। लै चलो बन लो कोई, ते चंगी आ बच्ची, बहुत चंगी आ जी, चंगी केहा ता पड़ा के। हां 26 दिन इहदे हो गए एआई नूं वीरे, 26 दिन हो गए ठीक है भाई। ਤੇ ਕੀ ਰੇਟ ਰਹੂਗਾ ਜੀ ਇਹਦਾ? ਇਹਦਾ ਵੀਰੇ ਦੇਣ ਲੈਣ ਜਿਹੜਾ ਰੇਟ ਜਿਹੜਾ 32,000 ਰੁਪਇਆ ਜੀ ਮੁੱਲ, ਚਾਹੇ 35 ਕਰਾ ਲਓ ਚਾਹੇ 36 ਕਰਾ ਲਓ, 32,000 ਰੁਪਇਆ। ਹਾਂਜੀ ਮਾਨ ਤਾਨ ਕਰੋਗੇ? ਮਾਨ ਤਾਨ ਜਾਇਜ਼ ਜਾਈ ਹੋਊ ਬਾਈ। ਠੀਕ ਆ, ਬੱਚੀ ਦੀ ਕੁਆਲਿਟੀ ਬਹੁਤ ਜ਼ਿਆਦਾ ਟੌਪ ਆ ਗਈ, ਬੱਚੀ ਦੇ ਹਿਸਾਬ ਨਾਲ ਤਾਂ ਰੇਟ ਬਹੁਤ ਫਿੱਕਾ ਜੀ, 32,000 ਰੁਪਇਆ ਦਾ ਰੇਟ ਆ, ਬਾਕੀ ਮਾਨ ਤਾਨ ਜ਼ਰੂਰ ਹੋ ਜੂਗਾ। ਬੱਚੀ ਦੀ ਪੈਟ ਕੋੜੇ ਦੀ ਚੜਾਈ ਆ ਬਾਈ, ਉਹ ਚੈੱਕ ਕਰਨ ਵਾਲੀ ਆ। ਲੈਂਥ ਦੇਖੋ ਬੱਚੀ ਦੀ ਤੁਸੀਂ, ਕੁੜਾ ਦੇਖੋ ਤੇ ਲੈਂਥ ਦੇਖੋ, ਤੇ ਚੰਗੀ ਆ, ਕਿਸੇ ਪਾਸੇ ਬੱਚੀ ਮਾਰ ਨਹੀਂ ਖਾਂਦੀ, ਤੇ ਪੂਰੀ ਚੰਗੀ ਆ, ਤੇ ਟੀਕਾ ਦੇ ਲੱਗਿਆ ਵਾ, ਖਾਲੀ ਮੰਨ ਕੇ ਲੈ ਜੇ। ਹਾਂਜੀ ਅਗਲਾ, ਹਾਂ ਠੀਕ ਹੈ ਵੀਰੇ। ਅੱਗੇ ਧਰਮਿੰਦਰ ਜਰਸੀ ਬਾਰੇ ਵੀਰੇ, 50,000 ਵੀਰੇ 62 ਡੈਨਮਾਰਕ ਦੀ ਬੱਚੀ ਹੈਗੀ, ਡੈਨਮਾਰਕ ਦੀ 50,062 ਦੀ, ਠੀਕ ਹੈ। 26 ਤੋਂ 27 ਲੀਟਰ ਵੀਰੇ ਦੀ ਮਾਂ ਦਾ ਦੁੱਧ ਪਾਇਆ ਵਾ, 26 ਤੋਂ 27। ਹਾਂਜੀ ਕਹਿਣ ਨੂੰ ਜੇ 35 ਗਈ ਚਲ ਗਈ, 40 ਗਈ ਚਲ ਗਈ, ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ ਵੀਰੇ। ਹਾਂ ਜਿਹੜੀ ਗੱਲ ਹੋਊਗੀ ਆਪਾਂ ਉਹੀ ਕਹਿਣੀ ਹੈ ਕਿ ਬੱਚੀ ਥੱਲਿਓਂ ਬਹੁਤ ਜ਼ਿਆਦਾ ਸਾਫ ਹੈ, ਤਾਂ ਵਿਚਾਰੇ ਨਿਖੜ ਮੇ ਹੈਗੇ, ਸਾਰੇ ਦਾਣ ਨਿਖੜ ਮੇ ਗਏ ਤਾਂ ਟੈਲ ਵਗੈਰਾ ਥੱਲੋਂ ਬਾਲ ਢਲਣਾ ਚਾਹੀਦਾ। 13 ਮਹੀਨੇ ਦੇ ਲਗਭਗ ਬਾਈ ਬੱਚੀ ਦੀ ਉਮਰ ਹੈਗੀ, 13 ਮਹੀਨੇ ਦੀ। ਹਾਂਜੀ ਮਾਨੋ ਵੀ ਸੇਵਾ ਕਰਕੇ 20 ਦਿਨ ਲਾ ਲਓ, ਮਹੀਨੇ ਦੇ ਵਿੱਚ ਬੱਚੀ ਨੇ ਸੀਮਨ ਲੈ ਜਾਣਾਗਾ। ਹਾਂ ਲੈ ਜਾਣਾ ਵੀਰੇ, ਤਿਆਰੀ ਹੈ ਬਿਲਕੁਲ, ਬਸ ਹੋਰ ਮਹੀਨੇ ਇੱਕ ਮਹੀਨੇ ਸੀਮਨ ਲੈ ਜਾਣਾ, ਤੇ ਆ ਦੇ ਸਨ, ਤੇ ਬਰੀਡ ਵਗੈਰਾ ਚੰਗੀ ਆ, ਵੇਲ ਵੂਲ ਪੂਰੀ ਲੰਮੀ ਆ, ਫੇਸ ਕੁਆਲਿਟੀ ਵੀਰੇ, ਫੇਸ ਦੇਖ ਲਓ, ਕੰਨ ਛੋਟਾ ਛੋਟਾ ਲੱਗਿਆ ਬੱਚੀ ਦੇ, ਜਮਾ ਛੋਟਾ ਕੰਨ, ਬੋਦੀ ਬੋਦੀ ਬਹੁਤ ਚੰਗੀ ਆ, ਫੇਸ ਚੰਗਾ, ਤੇ ਚੰਗੀ ਹੈ, ਪੰਜਾਬ ਵਾਲੀ ਜਰਸੀ ਆ ਨਾ ਦਰਮਿੰਦਰ? ਹਾਂਜੀ ਵੀਰੇ 50,062 ਦੀ ਡੈਨਮਾਰਕ ਦੀ ਜਰਸੀ ਹੈਗੀ, ਠੀਕ ਹੈ ਵੀਰੇ। 26 ਤੋਂ 27 ਕਿਲੋ ਵੀਰੇ ਦੀ ਮਾਂ ਦਾ ਦੁੱਧ ਪਾਇਆ ਬੱਚੀ ਦਾ। ਹਾਂਜੀ ਕੁੜਾ ਨੇੜ ਤੋਂ ਚੈੱਕ ਕਰੋ, ਇਹ ਵੀ ਪੱਧਰ ਆ ਬੱਚੀ ਤਾਂਹਾਂ ਤੋਂ, ਤੇ ਦਰਵਿੰਦਰ ਇਹਦਾ ਕੀ ਰੇਟ ਆ ਬਾਈ? ਇਹਦਾ 25,000 ਰੁਪਇਆ ਜੀ, 25,000 ਰੁਪਇਆ ਮਾਨ ਤਾਨ ਕਰ, ਮਾਨ ਤਾਨ ਹੋ ਗਈ ਜਾਇਜ਼ ਜੀ। ਠੀਕ ਆ ਮੰਨ ਲਓ ਵੀਰੇ, ਲੈ ਚੱਲੋ, ਚੰਗੀ ਆ ਬੱਚੀ, ਬਹੁਤ ਚੰਗੀ ਆ ਜੀ, 4 ਮਹੀਨੇ ਕਿ ਨੂੰ ਇਹਨੇ ਸੀਮਨ ਬਸ ਲੈ ਹੀ ਲੈਣਾ ਹੈ, ਤੇ ਸੀਮਨ ਵੀ ਬਹੁਤ ਚੰਗਾ ਇਹ 50,062 ਦੀ ਆ, ਤੇ ਜੇ ਕਿਸੇ ਜੇ ਆਹ ਜੋੜਾ ਕੋਈ ਇਕੱਠਾ ਲੈ ਜੇ ਬਾਈ ਜਰਸੀ ਦਾ, ਤੇ ਵੱਡੀ ਬੈੜ ਜਰਸੀ ਦੇ ਵੀਰੇ, ਜੇ ਕੋਈ ਵੱਡੀ ਬੈੜ ਲੈ ਜੂਗਾ 52,000 ਰੁਪਏ ਦੀ ਆਪਾਂ ਜਸਨ ਨੂੰ ਦੇ ਦਾਂਗੇ 52,000 ਰੁਪਏ ਦੀ। ਹਾਂਜੀ ਠੀਕ ਆ, ਜੇ ਕੋਈ 5 ਇਕੱਠੀਆਂ ਲੈ ਜੇ ਤਾਂ ਚੰਗਾ ਮਾਨ ਤਾਨ ਕਰੋਗੇ? ਜੇ ਕੋਈ ਵੀਰੇ 5 ਇਕੱਠੀਆਂ ਲੈ ਜੂਗਾ, ਠੀਕ ਹੈ ਵੀਰੇ, ਮੰਨ ਲਓ ਵੀ ਇਹਨਾਂ ਦਾ 72 ਆ, ਉਹਨਾਂ ਦਾ 52 ਹੈਗਾ, ਠੀਕ ਹੈ ਜੀ, 7, 5, 12 120 ਦੀਆਂ ਵੀਰੇ ਦੇ ਦਾਂਗੇ 5 ਜੀ, 120 ਦੀਆਂ ਦੇ ਦਾਂਗੇ। ਹਾਂਜੀ ਠੀਕ ਹੈ ਜੀ, 1,20,000 ਦੀਆਂ 5 ਦੇ ਦੇਣਗੇ, ਆ ਦੇਖ ਸਕਦਾ, ਬਹੁਤ ਚੰਗੀਆਂ ਨੇ ਬੱਚੀਆਂ, ਚੰਗੀਆਂ ਨੇ, ਬਹੁਤ ਚੰਗਾ ਦੁੱਧ ਪਾਉਣਾ ਇਹਨਾਂ ਨੇ, ਤੇ ਜੇ ਕਿਸੇ ਵੀਰ ਨੂੰ ਨਾ 5 ਨਗਾਂ ਜੋ ਕੋਈ ਵੀ ਨਗ ਪਸੰਦ ਆਇਆ ਹੋਵੇ ਤਾਂ ਵੀਰ ਨਾਲ ਕੰਟੈਕਟ ਕਰ ਲਿਓ ਜੀ, ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ, ਥੈਂਕ ਯੂ ਜੀ ਵੈਰੀ ਮਚ।